ਸਸਕਾਲ ਤੁਸੀਂ ਵੇਖ ਰਹੇ ਹੋ ਸਭ ਤੋਂ ਪ੍ਰਸਿੱਮਨ ਅਤੇ ਪੰਜਾਬ ਹਰਣਾ ਹਿਮਾਚਲ ਤੇ ਜੰਮੂ ਕਸ਼ਮੀਰ ਦਾ ਨੰਬਰ 1 ਨਿਊਜ਼ ਚੈਨਲ ਜੀ ਪੰਜਾਬ ਹਰਣਾ ਹਿਮਾਚਲ ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ ਅੱਜ ਚੋਣ ਕਮਿਸ਼ਨ ਨੇ ਸੂਬੇ ਦੇ 48 ਪੋਲਿੰਗ ਬੂਥਸ ਤੇ ਮੁੜ ਤੋਂ VOTING ਕਰਾਇਆ ਜਾਣ ਦਾ ਐਲਾਨ ਕਰ ਦਿੱਤਾ ਹੈ ਐਨੇ ਵੱਡੇ ਪੱਧਰ ਤੇ ਹੋਣ ਜਾ ਰਹੀ ਰੀਪੋਲਿੰਗ ਦੇ ਕੀ ਮਾਇਨੇ ਨੇ ਅਤੇ ਜਿਹੜੇ ਹਲਕਿਆਂ ਵਿੱਚ ਰੀਪੋਲਿੰਗ ਹੋਣ ਜਾ ਰਹੀ ਹੈ ਕੀ ਰੀਪੋਲਿੰਗ ਨਾਲ ਇਹਨਾਂ ਹਲਕਿਆਂ ਜਿਵੇਂ ਕਿ ਮਜੀਠਾ ਮੁਕਸਰ ਸਰਦੂਲਗੜ ਸੰਗਰੂਰ ਇੱਥੇ ਸਮੀਕਰਨ ਬਦਲ ਸਕਦੇ ਨੇ ਅਤੇ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੌਂਂ ਦੇ ਲਈ ਵੀ ਕੁਝ ਬੂਥਸ ਦੇ ਉੱਪਰ ਰੀਪੋਲਿੰਗ ਹੋਣ ਨਾਲ ਕਿੰਨਾ ਅਸਰ ਪਵੇਗਾ ਅਤੇ ਸਭ ਤੋਂ ਅਹਿਮ ਸਵਾਲ ਕੀ ਪੰਜਾਬ 'ਚ ਇਸ ਵਾਰ ਸਪਸ਼ਟ ਅਤੇ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਪੰਜਾਬ ਚ ਵਿਧਾਨ ਸਭਾ ਚੋਣਾਂ ਦੇ ਪੰਜ ਹਲਕਿਆਂ ਮਜੀਠਾ, ਮੋਗਾ, ਮੁਖਸਰ, ਸੰਗਰੂਰ ਤੇ ਸਰਦੂਲਗੜ ਦੇ ਕੁੱਲ 32 ਪੋਲਿੰਗ ਬੂਥ ਤੇ 9 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੁਬਾਰਾ VOTING ਹੋਏਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੀ ਮਜੀਠਾ ਹਲਕਿਆ ਦੀਨ ਪੈਣ ਵਾਲੇ 16 ਬੂਥਸ ਤੇ ਦੁਬਾਰਾ VOTING ਹੋਣੀ ਹੈ। ਚੋਣ ਕਮਿਸ਼ਨ ਪੰਜਾਬ ਦੇ 48 ਪੋਲਿੰਗ ਸਟੇਸ਼ਨ ਤੇ ਫਿਰ ਤੋਂ ਪੋਲਿੰਗ ਕਰਵਾਉਣ ਜਾ ਰਿਹਾ ਹੈ। ਜੈਸੰਧਰ ਅੰਮ੍ਰਿਤਸਰ ਲੋਕ ਸਭਾ ਸੀਟ ਦੇ 16 VOTING ਕੇਂਦਰ ਮਜੀਠਾ ਵਿਧਾਨ ਸਭਾ ਹਲਕੇ ਦੇ 12 ਮੋਗਾ ਚ ਇੱਕ ਮੁਕਸਰ ਦੇ ਅੰਦਰ 9 ਪੋਲਿੰਗ ਸਟੇਸ਼ਨ ਨੇ ਇਸ ਦੇ ਨਾਲ ਹੀ ਸਰਦੂਲਗੜ੍ਹ ਦੇ 4 ਅਤੇ ਸੰਗਰੂਰ ਦੇ 6 ਪੋਲਿੰਗ ਸਟੇਸ਼ਨ ਵੀ ਸ਼ਾਮਲ ਨੇ EVM ਤੇ VVPAT ਮਸ਼ੀਨਾਂ 'ਚ ਤਕਨੀਕੀ ਖਰਾਬੀ ਦੇ ਚੱਲਦਿਆ ਇਹਨਾਂ ਥਾਵਾਂ 'ਤੇ ਦੁਬਾਰਾ VOTING ਕਰਵਾਈ ਜਾ ਰਹੀ ਹੈ ਪੰਜਾਬ ਮੇ 48 ਮਤਦਾਨ ਕੇਂਦਰੋਂ ਪਰ 9 तारीख को 9 फरवरी को रिपोल कराने का फैसला हुआ है जो सवेरे 8 बजे से लेकर 5 बजे तक चलेगा ये मजीठा में 20 पोलिंग स्टेशन है जिस पर यह हो रहा है और 9 और न, पोलिंग स्टेशन संगरूर और मुख्तसर शहर में और एक मोगा और एक सरदुलगढ़ कॉन्स्टिटेंसी है जो मानसा जिले में पड़ता है वहां हो रहा है चोन कमीशन ने साफ कहा कि ईवीएम वीवीपैट पूरी तरह सुरक्षित ने सुरक्षा के लिहाज न चिंता की कोई गल नहीं संगियां लिया गया है और उसकी पूरी इंक्वायरी कराई गई है उसमें कोई तथ्य नहीं है एकदम गलत आरोप है और जो वोटिंग मशीन है वो बहुत ही 100% फुल प्रूफ सिक्योरिटी के साथ है उसमें कोई ये इशू चिंता करने की बात नहीं है 9 फरवरी नु रीपोलिंग दे मद्देनजर चुनाव कमीशन ने संबंधित पोलिंग स्टेशना ते सुरक्षा पोलिंग स्टाफ अते जरूरी मशीनरी दे संबंध खास तैयारी कीती है ਚੰਡੀਗੜ੍ਹ ਤੋਂ ਬਿਊਰੋ ਰਿਪੋਰਟ ਜੀ ਮੀਡੀਆ ਉਧਰ ਮਜੀਠਾ ਹਲਕੇ ਦੇ ਕੁਝ ਬੂਥਸ ਤੇ ਹੋ ਰਹੀ ਰੀਪੋਲਿੰਗ ਨੂੰ ਲੈ ਕੇ ਅੰਮ੍ਰਿਤਸਰ ਲੋਕ ਸਭਾ ਖੇਤਰ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਸਵਾਲ ਚੱਕੇ ਨੇ ਇਹ ਮੈਨੂੰ ਜ਼ਰੂਰ ਦੇਖਣਾ ਹੈ ਕਿਉਂਕਿ ਮਸ਼ੀਨਾਂ 'ਚ ਤਾਂ ਹੋਰ ਵੀ ਬਹੁਤ ਖਰਾਬੀ ਆਈ ਸੀ ਸਾਰੇ ਲੋਕ ਸਭਾ ਦੇ ਵਿੱਚ ਸਿਰਫ ਮਜੀਠੇ ਦੇ ਹੀ ਕਿਉਂ ਤੁਸੀਂ ਮਤਲਬ ਦੁਬਾਰਾ ਕਰਾਈਏ ਬਾਕੀ ਵੀ ਦੇ ਕਈ ਜਗ੍ਹਾ ਤੇ ਅੱਧਾ-ਅਧਾ ਦਿਨ ਮਸ਼ੀਨਾਂ ਨਹੀਂ ਠੀਕ ਹੋਈਆਂ ਬਾਕੀ ਹੋਰ ਹਲਕਿਆਂ 'ਚ ਵੀ ਸੀ ਤੇ ਇਹ ਚ ਥੋੜਾ ਜਿਹਾ ਸਾਨੂੰ ਮੈਨੂੰ ਮਤਲਬ ਮੇਰੇ ਮਨ 'ਚ ਸ਼ੰਕਾ ਹੈਗਾ ਜਰੂਰ ਜਿਹੜਾ ਤੁੰਦਾਰੋ ਅਫਸਰ ਆ ਕਿਉਂਕਿ ਉਹ ਹੈ ਤੋ ਉਸ ਕੰਮ ਕਰੇ ਨੇ ਨਾ ਦਾ ਇਲੈਕਸ਼ਨ ਕਮਿਸ਼ਨ ਦਾ ਇਚ ਕੋਈ ਸਪਟ ਨਹੀਂ ਕਿ ਇਲੈਕਸ਼ਨ ਕਮਿਸ਼ਨ ਨਿਰਪੱਖ ਆ ਪਰ ਮਨ ਨੂੰ ਆਰੋ ਕਿਸੇ ਨਾ ਕਿਸੇ ਸ਼ੱਕ ਦੇ ਘੇਰੇ 'ਚ ਜਰੂਰ ਜਾਂਦਾ ਹੈ ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਨਿਰਪੱਖ ਹੋ ਕੇ ਵੋਟ ਪਾਓ ਆਪਣੇ ਹੱਕ ਦਾ ਜਿਹੜਾ ਵੋਟ ਦਾ ਹੱਕ ਆ ਉਹਨੂੰ ਨਿਰਪੱਖ ਹੋ ਕੇ ਔਰ ਮੇਰੀ ਇੱਕੋ ਹੀ ਬੇਨਤੀ ਆ ਕਿ ਕਾਂਗਰਸ ਪਾਰਟੀ ਜਿਹੜੀ ਉਹ ਬੈਸਟ ਪਾਰਟੀ ਆ ਔਰ ਜਿਹੜਾ ਕੈਂਡੀਡੇਟ ਹੈ ਸਾਡਾ ਸੁਖਿੰਦਰ ਰਾਸ ਸਿੰਘ ਲਾਲੀ ਮੀਠੀ ਉਹ ਵੀ ਚੰਗਾ ਕੈਂਡੀਡੇਟ ਹੈ ਉਹਦੇ ਹੱਕ ਚ ਉਹਨਾਂ ਨੂੰ ਵੋਟ ਕਰਨੀ ਚਾਹੀਦੀ ਹੈ ਔਰ ਮੈਕਸਿਮਮ ਵੋਟ ਕਰਨ ਤਾਂ ਅੱਜ ਦੇ ਇਸ ਫੈਸਲੇ 'ਚ ਕੁਝ ਸਵਾਲ ਜਿਹੜੇ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਚਰਚਾ ਕੀਤੀ ਜਾਣੀ ਬਣਦੀ ਹੈ ਪਹਿਲਾਂ ਉਹ ਕੁਝ ਸਵਾਲ ਜਿਹੜੇ ਆ ਤੁਹਾਡੇ ਨਾਲ ਅਸੀਂ ਸਾਂਝੇ ਕਰ ਲੈਂਦੇ ਆ ਪਹਿਲਾ ਸਵਾਲ ਇਹ ਕਿ 9 ਫਰਵਰੀ ਨੂੰ ਪੰਜਾਬ 'ਚ 48 ਪੋਲਿੰਗ ਬੂਥਾਂ ਤੇ ਮੂੜ ਵੋਟਿੰਗ ਦੇ ਕੀ ਮਾਇਨੇ ਨੇ ਇਹ ਸਮਝਣਾ ਬੇਹਦ ਜ਼ਰੂਰੀ ਹੈ ਤੁਜਾ ਅਹਿਮ ਸਵਾਲ ਕੀ ਰੀਪੋਲਿੰਗ ਨਾਲ ਮਜੀਠਾ ਮੁਖਸਰ ਸਰਦੂਲਗੜ ਸੰਗਰੂਰ ਇੱਥੇ ਹੁਣ ਕੀ ਵੋਟਾਂ ਦੇ ਸਮੀਕਰਨ ਤੇ ਜਿਹੜੇ ਸਿਆਸੀ ਨੇਤਾ ਉਹਨਾਂ ਦੇ ਸਮੀਕਰਨ ਵੀ ਕੀ ਬਦਲ ਸਕਦੇ ਨੇ ਤੀਜਾ ਅਹਿਮ ਸਵਾਲ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਵੀ ਕੁਝ ਬੁੱਥਾਂ ਤੇ ਰੀਪੋਲਿੰਗ ਹੋਣ ਨਾਲ ਕਿੰਨਾ ਅਸਰ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਤੇ ਸਭ ਤੋਂ ਅਹਿਮ ਸਵਾਲ ਜਿਹੜਾ ਅੱਜ ਦਾ ਹੈ ਕਿ ਕੀ ਪੰਜਾਬ ਇਸ ਵਾਰ ਸਪਸ਼ਟ ਅਤੇ ਪੂਰਨ ਬਹੁਮਤ ਦੀ ਸਰਕਾਰ ਬਣਨ ਦੇ ਆਸਾਰ ਨੇ ਇਹ ਅਹਿਮ ਸਵਾਲ ਜਿਹੜਾ ਹੈ ਇਸ ਦੇ ਉੱਪਰ ਵੀ ਇਸ ਚਰਚਾ ਕਰਾਂਗੇ ਤੁਹਾਡੇ ਕੋਲ ਵੀ ਅਸੀਂ ਸਵਾਲ ਲੈ ਕੇ ਆ ਰਹੇ ਹਾਂ ਸਾਡਾ ਸਵਾਲ ਤੁਹਾਡੇ ਕੋਲੋਂ ਵੀ ਇਹੀ ਹੈ ਕਿ ਕੀ ਪੰਜਾਬ ਇਸ ਵਾਰ ਸਪਸ਼ਟ ਅਤੇ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਕਿਸੇ ਦੀ ਵੀ ਸਰਕਾਰ ਬਣੇ ਕੀ ਉਹ ਸਪਸ਼ਟ ਤੇ ਪੂਰਨ ਬਹੁਮਤ ਵਾਲੀ ਹੋਏਗੀ ਤੁਹਾਨੂੰ ਕੀ ਲੱਗਦਾ ਹੈ ਹਾਂ ਜਾਂ ਨਾ ਆਪਣੀ ਰਾਏ ਸਾਨੂੰ ਭੇਜੋ ZP H S ਸਪੇਸ ਦੇ ਕਿਵਾਹੀ ਹਾਂ ਲਈ ਜਾਂ ਫਿਰ ZP H S ਸਪੇਸ ਦੇ ਕਿ ਨਾ ਦੇ ਲਈ ਤੇ ਆਪਣੇ ਜਵਾਬ 5757 ਤੇ 53 SMS ਕਰੋ ਸਾਡੇ ਫੋਨ ਕਾਲਸ ਵੀ ਤੁਹਾਡੇ ਲਈ ਖੁੱਲਣ ਗਿਆ ਤੁਸੀਂ ਸਾਨੂੰ ਕਾਲ ਵੀ ਕਰ ਸਕੋਗੇ ਸਾਡਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ 1600 1600 3535 ਜੇ ਤੁਸੀਂ ਕਾਲ ਕਰਕੇ ਆਪਣੀ رائے ਦੇ ਸਕੋਗੇ ਜਦੋਂ ਅਸੀਂ ਆਪਣੇ ਫੋਨ ਕਾਲ ਤੁਹਾਡੇ ਲਈ ਖੋਲਾਂਗੇ ਚਰਚਾ ਅਸੀਂ ਆਪਣੇ ਸ਼ੁਰੂ ਕਰਦੇ ਹਾਂ ਪਹਿਲਾਂ ਆਪਣੇ ਮਹਿਮਾਨਾਂ ਦੇ ਨਾਲ ਤੁਹਾਨੂੰ ਅਸੀਂ ਰੁਗਰੂ ਕਰਾ ਦਿੰਦੇ ਹਾਂ ਸਾਡੇ ਨਾਲ ਭਾਰਤ ਜਨਤਾ ਪਾਰਟੀ ਵੱਲੋਂ ਵਿਨੀਤ ਜੋਸ਼ੀ ਜੁੜ ਰਹੇ ਨੇ ਕਾਂਗਰਸ ਵੱਲੋਂ ਇੰਦਰਜੀਤ ਸਿੰਘ ਜੀ ਰਾਏ ਜੁੜ ਰਹੇ ਨੇ ਆਪਣਾ ਪੰਜਾਬ ਪਾਰਟੀ ਵੱਲੋਂ ਆਰਆਰ ਭਾਰਤਵਾਜ ਜੁੜ ਰਹੇ ਨੇ ਤੇ ਨਾਲ ਹੀ ਸਾਡੇ ਸੁਖਬੀਰ ਸਿੰਘ ਬਾਜਵਾ ਜੀ ਨੇ ਪੱਤਰਕਾਰ ਨੇ ਸਾਰੇ ਮਹਿਮਾਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਅਵਨੀਤ ਜੀ ਜਿਹੜਾ ਸਵਾਲ ਇੱਕ ਜਿਹੜਾ ਇੱਕ ਜਨਰਲ ਜਿਹਾ ਸਵਾਲ ਇਹੀ ਹੈ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਰੀਪੋਲਿੰਗ 48 ਪੋਲਿੰਗ ਬੂਥਸ ਤੇ ਜਿਹੜੀ ਹੈ ਅਨਾਉਂਸ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਤੁਸੀਂ ਦੇਖੋ ਚੋਣ ਪ੍ਰਕਿਰਿਆ ਵਿੱਚ ਜਿਹੜੀਆਂ ਸ਼ਿਕਾਇਤਾਂ ਆਂਦੀਆਂ ਜਾਂ ਪ੍ਰੋਬਲਮਾਂ ਆਂਦੀਆਂ ਹੈ ਚਾਹੇ ਉਹ ਸ਼ਿਕਾਇਤ ਨਾ ਵੀ ਆਏ ਉਹਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਹਮੇਸ਼ਾ ਕੋਰੈਕਟਿਵ ਸਟੈਪਸ ਲੈਂਦਾ ਹੈ ਔਰ ਮੇਰਾ ਮੰਨਣਾ ਹੈ ਕਿ ਉਸੀ ਡਾਇਰੈਕਸ਼ਨ ਚ ਲਿਆ ਗਿਆ ਇੱਕ ਕੋਰੈਕਟਿਵ ਸਟੈਪ ਹੈ ਅੱਛਾ ਤੁਸੀਂ ਸਿੰਪਲ ਇਸ ਨੂੰ ਇਸ ਤਰ੍ਹਾਂ ਦੇਖਦੇ ਹੋ ਠੀਕ ਹੈ ਤੇ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਔਜਲਾ ਦੀ ਵੱਲੋਂ ਗਰਮੀ ਗੁਰਜੀਤ ਔਜਲਾ ਜੀ ਵੱਲੋਂ ਇਹ ਜਿਹੜੇ ਗੱਲ ਕਹੀ ਗਈ ਉਹਨਾਂ ਨੇ ਕਿ ਸਵਾਲ ਇਸ ਦੇ ਉੱਪਰ ਚੁੱਕਿਆ ਹੈ ਅ ਇੰਦਰਜੀਤ ਸਿੰਘ ਜੀਰਾ ਜੀ ਇਹ ਸਵਾਲ ਜਿਹੜਾ ਹੈ ਇੱਕ ਫੈਸਲੇ ਤੋਂ ਬਾਅਦ ਚੁੱਕਿਆ ਜਾਣਾ ਕਿ ਜਦੋਂ ਐਲਾਨ ਹੋ ਚੁੱਕਿਆ ਹੈ ਕਿ ਰੀਪੋਲਿੰਗ ਹੋਏਗੀ ਫਿਰ ਇਸ ਨੂੰ ਕਿੰਨਾ ਕੁ ਵਾਜਬ ਹੈ ਲੇਕੋ ਪਹਿਲੀ ਤਾਂ ਗੱਲ ਹੈ ਕਿ ਰੀਪੋਲਿੰਗ ਜਿਹੜੀ ਹੈ ਚੋਣ ਕਮਿਸ਼ਨ ਨੇ ਜਿਹੜੀ ਇਲੈਕਸ਼ਨ ਕਰਾਈ ਹੈ ਬੜੇ ਨਰਪੱਖ ਕਰਾਈ ਹੈ ਔਰ ਪ੍ਰਸ਼ਾਸਨ ਨੇ ਵੀ ਪੂਰਾ ਉਹਨਾਂ ਨੂੰ ਸਾਥ ਦਿੱਤਾ ਹੈ ਦੂਜਾ ਇਹ ਜਿਹੜੇ ਕਈ ਕਾਰਨ ਨੇ ਕਿ ਮਸ਼ੀਨਾਂ ਖਰਾਬ ਸਨ ਜਿਨ੍ਹਾਂ ਤੇ ਸ਼ੰਕਾ ਸੀ ਉਹ ਥਾਵਾਂ ਤੇ ਦੁਬਾਰਾ ਇਲੈਕਸ਼ਨ ਕਰਾਏ ਜਾ ਰਹੇ ਨੇ ਜਿੰਦਾ ਮੈਂ ਸਮਝਦਾ ਕਿ 100% ਲਾਭ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਹੀ ਹੋਵੇਗਾ ਕਿਉਂਕਿ ਇਸ ਵਕਤ ਇਹ ਗੱਲ ਬੜੀ ਕਲੀਅਰ ਹੋ ਚੁੱਕੀ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਚਲੋ ਠੀਕ ਹੈ ਇਹ ਇਹ ਤਾਂ ਜਿਹੜਾ ਦਾਵਾ ਹਰੀ ਦਾਰੀ ਦਾ ਜੋ ਤੱਕ 11 ਮਾਰਚ ਨਹੀਂ ਹੁੰਦੀ ਮਸ਼ੀਨਾਂ ਦੀ ਖਰਾਬੀ ਕਰਕੇ ਜੋ ਮੈਂ ਸਮਝਦਾ ਮੈਂ ਸਮੇਂ ਤੱਕ ਮਸ਼ੀਨਾਂ ਦੀ ਖਰਾਬੀ ਕਰਕੇ ਤਕਨੀਕੀ ਕਰਕੇ ਕੋਈ ਇਲੈਕਸ਼ਨ ਦੀ ਜਿਹੜਾ ਪ੍ਰੋਸੈਸ ਹੈ ਜਿਹੜਾ ਦੁਬਾਰਾ ਹੋ ਰਿਹਾ ਹੂੰ ਚਲੋ ਠੀਕ ਹੈ ਇਹ ਜਿਹੜਾ ਹੈ ਤਕਨੀਕਲ ਵਜ੍ਹਾ ਇਸ ਨੂੰ ਜਰੂਰ ਜਿਹੜਾ ਹੈ ਕਿਹਾ ਜਾ ਰਿਹਾ ਹੈ ਆਰ ਆਰ ਭਰਦवाज ਜੀ ਇਹ ਇਹ ਫੈਸਲੇ ਨਾਲ ਤੁਹਾਨੂੰ ਕੀ ਲੱਗਦਾ ਕਿ ਕੁਝ ਸਮੀਕਰਨ ਬਦਲ ਸਕਦੇ ਹੈਗੇ ਆ ਦੇਖੋ ਪਹਿਲੀ ਗੱਲ ਤਾਂ ਮੈਂ ਇੱਕ ਹਵਾਂਗਾ ਬਲਵਿੰਦਰ ਜੀ ਕਿ ਹਾਲਕਿ ਇਲੈਕਸ਼ਨ ਕਮਿਸ਼ਨ ਨੇ ਇਸ ਵਾਰੀ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਕੰਡਕਟ ਕੀਤੇ ਹਨ ਹਮਮ ਔਰ ਸਰਕਾਰੀ ਮਸ਼ੀਨਰੀ ਨੇ ਵੀ ਨਿਰਪੱਖ ਰੂਪ ਤੋਂ ਕੀਤਾ ਹੈ ਕੋਈ ਇਸ ਤਰ੍ਹਾਂ ਦੀ ਕਿਸੇ ਪੋਲਿਟিক্যাল ਪਾਰਟੀ ਨੇ ਸ਼ਿਕਾਇਤ ਵੀ ਨਹੀਂ ਕੀਤੀ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਜਿਹੜੇ 48 ਮਸ਼ੀਨਾਂ ਦੀ ਖਰਾਬੀ ਆਈ ਹੈ ਜੀ ਇੱਕ अवॉइड ਕੀਤਾ ਜਾ ਸਕਦਾ ਸੀ ਹੂੰ ਟੈਕਨੀਕਲ ਪ੍ਰੋਬਲਮ ਇੰਨੀ ਲਾਰਜ ਸਕੇਲ ਦੇ ਉੱਪਰ ਆਣੀ ਨਹੀਂ ਚਾਹੀਦੀ ਹੈ ਹੂੰ ਰੀਪੋਲਿੰਗ ਜਿੱਥੇ ਤੱਕ ਸੰਭਵ ਹੋਵੋ ਅਵੋਇਡ ਕਰਨੀ ਚਾਹੀਦੀ ਹੈ ਕਿਉਂਕਿ ਰੀਪੋਲਿੰਗ ਨਾਲ ਕੀ ਹੁੰਦਾ ਹੈ ਕਿ ਫਿਰ ਤੋਂ ਪ੍ਰੈਸ਼ਰ ਵੋਟਰ ਦੇ ਉੱਤੇ ਬਣਨਾ ਸ਼ੁਰੂ ਹੋ ਜਾਂਦਾ ਹੈ ਲੋਬਿੰਗ ਸ਼ੁਰੂ ਹੋ ਜਾਂਦੀ ਹੈ ਮੈਲ ਪ੍ਰੈਕਟਿਸਿਜ਼ ਵੀ ਕੁਝ ਇੰਟਰੋਡਿਊਸ ਹੋ ਸਕਦੀਆਂ ਹਨ ਔਰ ਜਦੋਂ ਇਹ ਸਾਰੀ ਚੀਜ਼ਾਂ ਹੁੰਦੀ ਹੈ ਜੀ ਤੇ ਪ੍ਰੈਸ਼ਰ ਬਣਦਾ ਹੈ ਇੰਟੈਂਸ ਕੰਪੇਨਿੰਗ ਸ਼ੁਰੂ ਹੁੰਦੀ ਹੈ ਤਾਂ ਇਸ ਦਾ ਅਸਰ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਉਸ ਤੇ ਹੋਣਾ ਲਾਜ਼ਮੀ ਹੈ ਹਮ ਹਮ ਤੋਂ ਮੈਂ ਇਹ ਕਵਾਂਗਾ ਕਿ ਇਸ ਰੀਪੋਰਟ ਨਾਲ ਇੱਕ ਪ੍ਰੈਸ਼ਰ ਵੋਟਰ ਤੇ ਬਣਨਾ ਹੈ ਮੁੜ ਕੇ ਬਣਨਾ ਹੈ ਵੋਟਿੰਗ ਪਰਸੈਂਟੇਜ ਵੀ ਵੱਧ ਸਕਦੀ ਹੈ ਔਰ ਉਸ ਦੇ ਨਾਲ ఎలక్షన్ ਦਾ ਜਿਹੜਾ ਫਾਈਨਲ ਆਊਟਕਮ ਸੀ ਉਸ ਦੇ ਉੱਤੇ ਕੋਈ ਵੇਰੀਏਸ਼ਨ ਆਨ ਦੀ ਚਾਂਸਸ ਹੈ ਰੂਲ ਆਊਟ ਨਹੀਂ ਤੁਸੀਂ ਕਰ ਸਕਦੇ ਪਰ ਇਸ ਦੇ ਨਾਲ ਨਾਲ ਮੈਂ ਫਿਰ ਇਹ ਕਹਿੰਦਾ ਕਿ ਜੇ ਇਸ ਐਕਸਟਰਾ ਮਸ਼ੀਨ ਰੱਖਦੇ ਉਹਨਾਂ ਦੀ ਟੈਕਨੀਕਲੀ ਐਗਜ਼ਾਮਿਨ ਪਹਿਲੇ ਚੰਗੀ ਤਰ੍ਹਾਂ ਕਰਾ ਲੈਂਦੇ ਤੇ ਸ਼ਾਇਦ ਇਹ ਨੌਬਤ ਨਹੀਂ ਆਣੀ ਸੀ ਔਰ ਇਸ ਤਰ੍ਹਾਂ ਦੀ ਪ੍ਰੋਬਲਮ ਇਸ ਤਰ੍ਹਾਂ ਦੀ ਸ਼ੰਕਾ ਇਸ ਤਰ੍ਹਾਂ ਦੇ ਡਾਈਵਰਜੈਂਟ ਵਿਊ ਯਾਰ ਡਿਬੇਟ ਦੇ ਵਿੱਚ ਕਰਦੇ ਆ ਅਸੀਂ ਕਰ ਰਹੇ ਆ ਬਾਕੀ ਹੋਰ ਲੋਕ ਵੀ ਕਰਦੇ ਆ ਉਹਨਕੇ ਉਹ ਚੀਜ਼ ਤੋਂ ਅਵਾਇਡ ਹੋ ਸਕਦੀ ਸੀ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਅਵਾਇਡ ਕੀਤਾ ਜਾ ਸਕਦਾ ਸੀ ਜੇ ਉਸੇ ਵੇਲੇ ਧਿਆਨ ਰੱਖਿਆ ਗਿਆ ਹੁੰਦਾ ਠੀਕ ਹੈ ਇਹ ਇਹ ਤਾਂ ਹੋਇਆ ਇੱਕ ਟੈਕਨੀਕਲ ਪਾਰਟ ਪਰ ਜਿਹੜਾ ਆ ਅਸੀਂ ਪੋਲਿਟੀਕਲ ਪਾਰਟ ਦੀ ਸਮਝਣ ਦੀ ਕੋਸ਼ਿਸ਼ ਕਰੀਏ ਸੁਖਬੀਰ ਸਿੰਘ ਜੀ ਜਿਹੜਾ ਅਸੀਂ ਦੇਖਿਆ ਕਿ ਪੋਲਿੰਗ ਕਈ ਥਾਵਾਂ ਦੇ ਉੱਪਰ ਬਹੁਤ ਜ਼ਿਆਦਾ ਵੀ ਹੋਈ ਹੈ ਕਿਤੇ 88% ਦੀ ਨੇੜੇ ਜਿਸ ਦੂਰਗੜ੍ਹ ਸੀ ਉੱਥੇ 88% ਪੋਲਿੰਗ ਵੀ ਹੋਈ ਉੱਥੇ ਵੀ ਕਈ ਬੂਥ ਦੇ ਉੱਪਰ ਰੀਪੋਲਿੰਗ ਹੋਣ ਜਾ ਰਹੀ ਹੈ ਮਜੀਠਾ ਜਿਹੀ ਜਗ੍ਹਾ ਸੀ ਜਿੱਥੇ 88% ਦੀ VOTING ਹੋਈ ਬੜੀ ਘੱਟ ਹੋਈ ਉੱਥੇ ਵੀ ਰੀਪੋਲਿੰਗ ਹੋਣ ਜਾ ਰਹੀ ਹੈ ਕੀ ਤੁਹਾਨੂੰ ਵੀ ਲੱਗਦਾ ਕਿ ਇਸ ਦੇ ਨਾਲ ਕੁਝ ਫਰਕ ਪੈ ਸਕਦਾ ਹੈ ਜਿਹੜਾ ਹੈ ਪਰਸੈਂਟੇਜ ਪਹਿਲਾਂ ਨਾਲੋਂ ਵੱਧ ਹੀ ਹੈ ਲੋਕ ਵੱਡੀ ਗਿਣਤੀ 'ਚ ਇੱਥੇ ਆਉਂਦੇ ਨੇ ਦੁਬਾਰਾ ਪੋਲਿੰਗ ਵਾਲੇ ਦਿਨ ਤਾਂ ਉਸ ਦੇ ਨਾਲ ਕੁਝ ਅਸਰ ਪੈਗਾ ਜਾਂ ਫਿਰ ਜੇ ਦੂਸਰੀ ਵਾਰ ਜਦੋਂ ਹੁਣ ਪਰਸੋਂ VOTING ਹੋਣੀ ਹੈ ਜੇ ਉਹਨਾਂ ਉਤਸਾਹ ਲੋਕ ਨਹੀਂ ਦਿਖਾਉਂਦੇ ਕਿਉਂਕਿ ਉਹ ਦੂਸਰੀ ਵਾਰ ਜੇ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਆਉਣਾ ਚਾਹੁੰਦੇ ਤਾਂ ਉਸ ਦੇ ਨਾਲ ਫਰਕ ਪੈਗਾ ਜਿਹੜੀਆਂ ਇਹ ਸਾਰੀਆਂ ਸੀਟਸ ਹੈਗੀਆਂ ਜਿੱਥੇ ਰੀਪੋਲਿੰਗ ਹੋ ਰਹੀ ਹੈ ਦੇਖੋ ਗੱਲ ਕੀ ਇਹ ਮਾਜੇ ਦੇ ਵਿੱਚ ਪਿਛਲੀ ਵਿਧਾਨ ਸਭਾ ਦੌਰਾਨ ਕੁਝ ਇਦਾਂ ਦੇ ਹਲਕੇ ਸੀਗੇ ਜਿਦੇ ਚ ਬੜੀ ਘੱਟ ਮਾਰ ਜਾਂਦੇ ਵੋਟ ਨਾਲ ਕੋਈ ਨਾ ਕੋਈ ਜਿਹੜਾ ਪਾਰਟੀ ਦਾ ਉਮੀਦਵਾਰ ਜਿੱਤਿਆ ਹੂੰ ਜਿਦੇ ਚ ਬਹੁਤ ਥੋੜਾ ਐਗਜ਼ਾਮਪਲ ਹੈ ਪੱਟੀ ਤੋਂ ਜਿਹੜੇ ਦੇਸ਼ ਪ੍ਰਤਾਪ ਕਰਨ ਜੁੱਤੇ ਸੀਗੇ ਉਹ ਬੜੀ ਨਾ ਮਾਤਰ ਵੋਟ ਸੀਗੀ ਸ਼ਾਇਦ 70 ਜਾਂ ਕੁਝ ਸੁੱਪਰ ਸੀਗਾ ਕੁਝ ਨੇੜੇ-ਨੇੜੇ ਸੀਗਾ ਮਤਲਬ ਉਹ 100 ਸੀਗਾ ਤੇ ਉਹਨਾਂ ਨੇ ਜਿੱਤੇ ਉੱਥੇ ਆ ਕੇ ਹੂੰ ਜਦੋਂ ਅਸੀਂ ਇਦਾਂ ਦੀ ਗੱਲ ਠੀਕ ਹੈ ਭਾਰਤ ਉਹਦੀ ਗੱਲ ਵੀ ਜਿਹੜੀ ਥੋੜੀ ਜ਼ਿਆਦਾ ਟੈਕਨੀਕਲੀ ਵੀ ਆਪਾਂ ਦੇਖੀਏ ਕਿ ਜਿਹੜਾ ਪੋਲੀਟੀਕਲੀ ਤੌਰ ਤੇ ਜ ਪਾਰਟੀਆਂ ਜਦੋਂ ਇੱਕ ਤਾਂ ਪੂਰਾ ਵਿਧਾਨ ਸਭਾ ਜਦੋਂ ਚੋਣ ਹੋ ਰਹੀ ਹੁੰਦੀ ਹੈ ਜੀ ਉਦੋਂ ਇੱਕ ਵਾਰੀ ਪ੍ਰੋਸੈਸ ਪੂਰੇ ਹਰਕੇ ਦਾ ਪੂਰੀ ਕੰਸਟਰੇਸ਼ਨ ਬਣੀ ਹੁੰਦੀ ਹੈ ਹਮ ਸਾਰੇ ਉਮੀਦਵਾਰ ਆਪਣੇ ਲੱਗੇ ਹੁੰਦੇ ਨੇ ਇਹਨਾਂ ਨੂੰ ਪਾਰਟਿਕੂਲ ਕੁਝ ਹਲਕੇ ਚੁਣੇ ਜਾਣਗੇ ਕੁਝ ਘਰ ਹੋਣ ਗਿਆ ਕੇ ਹਮ ਤੇ ਹਰ ਕੋਈ ਉਮੀਦਵਾਰ ਚਾਹੇਗਾ ਕਿ ਮੈਂ ਬਾਏ ਹੁੱਕਣ ਕੁਰਕ ਜਿਹੜਾ ਉਸ ਜਿਹੜੀ ਖੁਚੜੀ ਪੁੱਤੀ ਜਿਹੜੀ ਕਸਰ ਵੀ ਹੈਗੀ ਆ ਉਸ ਨੂੰ ਪੂਰੀ ਕਰ ਸਕਾਂ ਕਿ ਇਹਦੇ ਚ ਹਰ ਪ੍ਰਕਾਰ ਦਾ ਉਹਦੀ ਪ੍ਰਕਿਰਿਆ ਬਣਾਉਣਗੇ ਤੇ ਜਿਹਦੇ ਚ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੌਂਸਲੇ ਉੱਪਰ ਨਜ਼ਰ ਰੱਖੇਗਾ ਜੇ ਆਕੇ ਇਲੈਕਸ਼ਨ ਕਮਿਸ਼ਨ ਮੈਨੂੰ ਇਹ ਲੱਗਦਾ ਵੀ ਬੜੀ ਜਿਆਦਾ ਹੋਂ ਤੋਂ ਨਿਗਰਾਨੀ ਰੱਖਣੀ ਪੈਗੀ ਰੱਖਣੀ ਸ਼ੁਰੂ ਵੀ ਕਰਤੀ ਹੋਏਗੀ ਤਾਂ ਕਿ ਉਸ ਇਲਾਕੇ ਦੇ ਵਿੱਚ ਪੈਸਾ ਵੰਡਣਾ ਸ਼ਰਾਬ ਵੰਡਣਾ ਜਾਂ ਕੋਈ ਚੀਜ਼ ਆਪਣੇ ਹਰ ਕੋ ਪੋਲਿਟਿਕ ਪਾਰਟੀ ਕੋਈ ਨਾ ਕੋ ਤਰੀਕੇ ਨਾਲ ਆਪਣਾ ਕੋਈ ਹੱਥ ਕੰਡਾ ਪਨਾਏ ਉੱਤੇ ਹੱਥ ਉੱਤੇ ਸਿਕੰਜਾ ਕਸਣ ਵਾਸਤੇ ਇਹਨਾਂ ਨੂੰ ਇੱਕ ਅਹਿਮ ਲਾਣਾ ਪੈਗਾ ਜੇ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਇਲਾਕਿਆਂ ਵਿੱਚ ਖਾਸ ਤੌਰ ਤੇ ਪੈਰਾਮਿਲਟਰੀ ਫੋਰਸ ਜਿਹੜੀ ਹੈ ਤਨਾਤੀ ਜਿਹੜੀ ਜਰਰ ਕੀਤੀ ਜਾਏਗੀ ਕਿਉਂਕਿ ਕਿਸਾਨ ਕਿਤੇ ਲੜਾਈ ਝਗੜਾ ਮਾੜਾ ਮੋਟਾ ਕਿਉਂਕਿ ਉਹ ਪੋਲਿੰਗ ਬੂਥ 에ਜੈਂਟਸ ਦਾ ਉਹਨਾਂ ਦਾ ਸਿਸਟਮ ਬੜਾ ਪਹਿਲਾਂ ਕਾਫੀ ਖਤਮ ਵੀ ਕੀਤਾ ਜਾਦੂ ਕਰਨ ਬਹੁਤ ਜ਼ਿਆਦਾ ਉਹਦੇ ਵਿੱਚ ਲੋਕ ਵੀ ਸਿਆਣੇ ਨੇ ਜਿਹੜੀ ਗੱਲ ਮਜੀਠਾ ਹਲਕੇ ਦੀ ਗੱਲ ਆ ਜਦੋਂ ਸਰੇ ਪੋਲਿੰਗ ਸ਼ੁਰੂ ਹੋਈ ਸੀ ਮਜੀਠਾ ਦੇ ਵਿੱਚ ਉਹ ਆਦ ਸਾਰੀ ਉਹ ਤੋਂ ਸਾਰੀ ਪਾਰਟੀਆਂ ਦਾ ਵਿਰੋਧ ਸ਼ੁਰੂ ਹੋ ਗਿਆ 22 ਪੈਟ ਜਿਹੜਾ ਸੀਗਾ ਸਭ ਤੋਂ ਵੱਡੀ ਸਮੱਸਿਆ ਵੀ 22 ਪੈਟ ਤੋਂ ਆ ਰਹੀ ਸੀਗੀ ਤਾਂ 22 ਪੈਟ ਜਿਹੜੀ ਇੱਕ ਪਾਇਲਟ ਪ੍ਰੋਜੈਕਟ ਸੀਗਾ ਕਿਉਂਕਿ ਉਹਦੇ ਵਿੱਚ ਨਾਂ ਉਮੀਦਵਾਰ ਕਿੰਨੇ ਕਿੰਨੂ ਕੀ ਵੋਟ ਪਈ ਹੈ ਕਿਦਾਂ ਕਾਗਜ ਮਤਲਬ ਉਹ ਇੱਕ ਉਹਨਾਂ ਦੀ ਜਿਹੜੀ ਵੀ ਵੀ ਪੈਟ ਦਾ ਇੱਕ ਪ੍ਰੋਜੈਕਟ ਮੇਰੇ ਖਿਆਲ ਕਾਫੀ ਹੱਦ ਤੱਕ ਜੜਾ ਉਹਨਾਂ ਨੇ ਟੈਕਨੀਕਲ ਫਾਲਟ ਉਸ ਚ ਰਿਹਾ ਉਹ ਜਿਹਦੇ ਕਰਕੇ ਜਿੰਨਾ ਕਿ ਸਾਨੂੰ ਜਾਣਕਾਰੀ ਮਿਲੀ ਜਿੰਨਾ ਕੋਇਆ ਕਿ ਵੀ ਉਹ ਰਚ ਹੋਇਆ ਠੀਕ ਹੈ ਜਦ ਤੱਕ ਗੱਲ ਹੈਗੀ ਆ ਜਿਹੜਾ ਸਦੂਰਗੜ ਚ ਇੱਕ ਦਾ ਹਲਕਾ ਕੁਝ ਹੋਰ ਹਲਕੇ ਨੇ ਉਹ ਜਿਹੜਾ ਮੈਟਰ ਨਹੀਂ ਕਹਦਾ ਜਿਹੜੀ ਆ ਖਾਸ ਤੌਰ ਤੇ ਜਿਹੜਾ ਆਪਣਾ ਮਜੀਠਾ ਹਲਕਾ ਜਿਹੜਾ ਬੜੀ ਇੱਕ ਹੋਟ ਸੀਟ ਮੰਨੀ ਜਾਂਦੀ ਆ ਮੁਕਸਰ ਹੈਗੀ ਆ ਮੋਗਾ ਹੈਗੀ ਆ ਤੇ ਸੰਗਰੂਰਾਲਸੋ ਜੀ ਜੀ ਤੇ ਉਹਨਾਂ ਦੇ ਵਿੱਚ ਲੱਗਦਾ ਕਿ ਇਹਨਾਂ ਨੂੰ ਥੋੜਾ ਜਿਹਾ ਇਲੈਕਸ਼ਨ ਕਮਿਸ਼ਨ ਨੂੰ ਕਰਨਾ ਪਏਗਾ ਕਿ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਆਪੋ-ਆਪਣਾ ਅੰਕੜਾ ਲਾ ਚੁੱਕੇ ਨੇ ਅਗਰ ਆਪਾਂ ਅੱਜ ਹੀ ਬੈਠ ਗਏ ਪਾ ਚੱਲ ਜੀ ਕਿਸੇ ਹਲਕੇ ਤੋਂ ਕਿਹੜਾ ਉਮੀਦਵਾਰ ਥੋੜਾ ਭਾਰੀ ਸੀ ਕਿਹੜਾ ਘਟ ਹੈ ਜਿਹਨੂੰ ਹਲਕਾ ਕਮਜ਼ੋਰ ਲੱਗਦਾ ਜ਼ੋਰ ਤਾਂ ਲਾਏਗਾ ਹੀ ਆਖੇ ਲੇਕਿਨ ਇੱਥੇ ਕੋਈ ਜਿਹੜਾ ਵੋਟਰ ਦੇ ਉੱਪਰ ਦਬਾਅ ਕਿਸੇ ਪ੍ਰਕਾਰ ਦਾ ਲਾਲਚ ਕਿਸੇ ਪ੍ਰਕਾਰ ਉਹਨੂੰ ਪ੍ਰੈਸ਼ਰਾਈਜ਼ ਕਰਨਾ ਉਹਨੂੰ ਕੰਟਰੋਲ ਕਰਨਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਦੀ ਚੁਣੌਤੀ ਬਣਿਆ ਹੂੰ ਠੀਕ ਹੈ ਇਸ ਨੂੰ ਕਿਸੇ ਕਨ ਨਹੀਂ ਕੋ ਜਿਆਦਾ ਹੁਣ ਇਸ ਵੇਲੇ ਜਿਆਦਾ ਚੁਣੌਤੀ ਜ਼ਰੂਰ ਰਹੇਗੀ ਵੀਨੀਤ ਜੀ ਤੁਸੀਂ ਥੋੜਾ ਜਆ ਮੈਨੂੰ ਥੋੜੇ ਸੁਸਤ ਲੱਗ ਰਹੇ ਹੋ ਅੱਜ ਤੁਸੀਂ ਚਰਚਾ ਵਿੱਚ ਥੋੜੇ ਸ਼ਾਮਿਲ ਜਿਹੜਾ ਹੈ ਘੱਟ ਲੱਗ ਰਹੇ ਹੋ ਮੈਂਟਲੀ ਵੀ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂ ਤੁਹਾਡਾ ਹਾਂ ਤੁਹਾਡੀ ਗੱਲ ਠੀਕ ਹੈ ਤੁਸੀਂ ਮੇਰੇ ਜਿਹੜੇ ਐਕਸ਼ਨਸ ਉਸ ਤੇ ਨਾ ਜਾਓ ਕਈ ਵਾਰ ਇਲੈਕਸ਼ਨਾਂ ਥਕੇਵਾ ਹੁੰਦਾ ਹੈ ਔਰ ਪੋਸਟ ਇਲੈਕਸ਼ਨ ਤੁਸੀਂ ਕਈ ਚੀਜ਼ਾਂ ਚ ਪਾਰਟੀ ਦੇ ਅ ਉਹਦੇ ਦਰਹਣ ਕਰਕੇ उलझे ਰਹਿੰਦੇ ਹੋ ਇਸ ਕਰਕੇ ਸ਼ਾਇਦ ਉਹ ਤਖੀਵਾ ਪੂਰਾ ਨਹੀਂ ਹੋ ਰਿਹਾ ਜਿਹੜਾ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਮਾਫੀ ਚਾਹਨਾ ਦਰਸ਼ਕਾਂ ਤੋਂ ਵੀ ਮਾਫੀ ਚਾਹਨਾ ਦੇਖੋ ਗੱਲ ਇਹ ਹੈ ਕਿ ਵੀ ਮੈਨੂੰ ਲੱਗਦਾ ਹੈ ਕਿ ਜਿੱਥੇ ਤੱਕ ਤਾਂ ਗੱਲ ਹੈ ਮੋਗਾ ਅਸੈਂਬਲੀ ਦੀ ਗੱਲ ਹੈ ਜਾਂ ਸਰਦੂਰਗੜ੍ਹ ਅਸੈਂਬਲੀ ਦੀ ਗੱਲ ਹੈ ਇੱਥੇ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਬੜਾ ਕੋਈ ਰਿਜ਼ਲਟ ਤੇ ਫਰਕ ਪੈਣ ਦੀ ਉਮੀਦ ਹੈ ਕਿਉਂਕਿ ਇੱਕ ਇੱਕ ਜਗ੍ਹਾ ਹੀ ਉਹ ਹੈਗਾ ਰੀਪੋਲ ਔਰ ਜਿੱਥੇ ਤੱਕ ਗੱਲ ਹੈ ਥੋੜਾ ਬਹੁਤ ਕਿਤੇ ਹੋ ਸਕਦਾ ਹੈ ਤੇ ਮੁਕਸਰਾ ਸੰਗਰੂਰ ਜਿੱਥੇ 9-9 ਪੋਲਿੰਗ ਸਟੇਸ਼ਨ ਸੇ ਹੈਗਾ ਹਾਂ ਜਿਆਦਾ ਹੈਗਾ ਮਜੀਠਾ ਦੇ ਇਥੇ 12 ਹੈਗਾ ਤੇ ਪਰ ਇਹ ਦੇਖਦੇ ਹੋਏ ਕਿਉਂਕਿ ਸਾਰੇ ਕੈਂਡੀਡੇਟ ਆਪਣਾ ਜੋਰ ਲਗਾਉਂਦੇ ਨੇ ਸੋ ਐਵਰੇਜ ਉੱਥੇ ਆ ਕੇ ਕਨਸਟੈਂਸੀ ਦੇ ਮੂਰ ਦੇ ਸਾਹਮਣੇ ਵੋਟਿੰਗ ਪੈਟਰਨ ਬਣ ਜਾਂਦਾ ਹੈ ਸੋ ਉਸ ਹਿਸਾਬ ਨਾਲ ਲੋਕ ਕੰਟੀਨਿਊ ਕਰ ਜਾਂਦਾ ਹੈ ਹਾਂ ਲੇਕਿਨ ਫਿਰ ਵੀ ਚਾਂਸ ਤਾਂ ਹੈ ਮੌਕਾ ਤਾਂ ਹੈ ਕੈਂਡੀਡੇਟਸ ਫਾਸਤੇ ਕਿ ਆਪਣੇ ਆਪ ਨੂੰ ਜਿੱਥੇ 12 ਤੇ ਰੀਪੋਲ ਹੋਣਾ ਹੋਏ ਤੇ ਉਥੇ ਦਾ ਇੱਕ ਸਾਈਜ਼ੇਬਲ ਨੰਬਰ ਆਫ ਵੋਟ ਚੜਾ ਹੈ ਉਹਨੂੰ ਇਫੈਕਟ অর ਇੰਪੈਕਟ ਕਰ ਸਕਦੇ ਨੇ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਕਰਨਗੇ ਵੀ ਛੇ ਵੀਨੀਤ ਜੀ ਜਿਹੜਾ ਇਹ ਗੁਰਜੀਤ ਔਜਲਾ ਇਹਦਾ ਬਿਆਨ ਵੀ ਤੁਸੀਂ ਸੁਣਿਆ ਲੇਕਿਨ ਚੱਕ ਪਾਰਲੀਮੈਂਟ ਹੈ ਉਹ ਉਹ ਕਹਿ ਰਹੇ ਆ ਕਿ ਕਿ ਜਿਹੜਾ ਹੈ ਜਿਹੜੀ ਖਰਾਬੀ ਦੀ ਗੱਲ ਜਾਂ ਫਿਰ ਜਿਹੜੀ ਇਸ ਤਰ੍ਹਾਂ ਦੀ ਗੱਲ ਨੀ ਟੈਕਨੀਕਲ ਫਾਲਟ ਦੀ ਗੱਲ ਉਹਨਾਂ ਨੇ ਕਿਹਾ ਕਿ ਮੈਂ ਤਾਂ ਦੇਖਿਆ ਸੀ ਬਹੁਤ ਜ਼ਿਆਦਾ ਜਗ੍ਹਾ ਤੇ ਸੀ ਇਹ ਤਾਂ ਘੱਟ ਜਗ੍ਹਾ ਤੇ ਰੀਪੋਲਿੰਗ ਕੀਤੀ ਜਾ ਰਹੀ ਹੈ ਦੇਖੋ ਗੱਲ ਇਹ ਹੈ ਕਿ ਵੀ ਉਹਨਾਂ ਦਾ ਹੱਕ ਹੈ ਉਹ ਕਹਿ ਸਕਦੇ ਨੇ ਬੋਲਣ ਦੀ ਫ੍ਰੀडम ਹੈ ਲੇਕਿਨ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਇਹਨਾਂ ਦਾ ਪ੍ਰੋਸੈਸ ਜਿਹੜਾ ਹੈ ਬਹੁਤ ਹੀ ਸਟਰੋਂਗ ਸਟ੍ਰਿੰਜੈਂਟ ਬੜਾ ਸਖਤ ਔਰ ਟ੍ਰਾਂਸਪੇਰੈਂਟ ਹੈ ਪਾਰਦਰਸ਼ੀ ਹੈ ਮੈਨੂੰ ਲੱਗਦਾ ਨਹੀਂ ਕਿ ਵੀ ਵੀ ਸਟ੍ਰੈਟਜੀਸਾ ਇਕ ਉਹਨਾਂ ਨੇ ਇਹ ਕਿਹਾ ਕਿ ਉਸ ਦੇ ਉੱਪਰ ਕੋਈ ਟਿੱਪਣੀ ਕਰਨੀ ਹੈ ਔਰ ਉਹਨਾਂ ਨੇ ਕਿਹਾ ਕਿ ਸਥਾਨਕ ਆਰਓ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਸ ਉਹਨਾਂ ਦੇ ਉੱਪਰ ਵੀ ਜਿਹੜਾ ਦੋਸ਼ ਲਗਾਇਆ ਉਹਨਾਂ ਨੇ ਵੀ ਉਹਨਾਂ ਨੇ ਹਾਲਾਂਕਿ ਸ਼ੁਰੂਆਤ ਉਹਨਾਂ ਨੇ ਇਹ ਹੀ ਕੀਤੀ ਕਿ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਬੜਾ ਨਿਰਪੱਖ ਹੋ ਕੇ ਸਭ ਕੁਝ ਕਰਾ ਰਿਹਾ ਹੈ ਪਰ ਉਹਨਾਂ ਨੂੰ ਇੱਕ ਸਥਾਨਕ ਆਰਓ ਦੇ ਉੱਪਰ ਜਿਹੜਾ ਹੈ ਅ ਇਲਜ਼ਾਮ ਲਗਾ ਰਹਿਣੇ ਕਿ ਹੋ ਸਕਦਾ ਹੈ ਕਿ ਮਿਲੀਪੋਗੇ ਤੋਂ ਵੇ ਇਸ ਤਰ੍ਹਾਂ ਦੇ ਕਿ ਇਲਜ਼ਾਮ ਲਗਾਏ ਜਾਣਾ ਬਿਨਾਂ ਕਿ ਤੱਥਾਂ ਦੇ ਨਾਲ ਲਾਏ ਜਾਣਾ ਜ਼ਿਆਦਾ ਜ਼ਰੂਰੀ ਹੈ ਤੇ ਦੇਖੋ ਗਲਤ ਇਲਜ਼ਾਮ ਤਾਂ ਹਮੇਸ਼ਾ ਜਦ ਕੋਈ ਚੋਣ ਪ੍ਰਕਿਰਿਆ ਚ ਇਨਵੋਲ ਹੈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਪ੍ਰਤੀਨਿਧੀ ਗਰਾਊਂਡ ਲੈਵਲ ਤੇ ਬਣਿਆ ਹੋਇਆ ਹੈ ਠੀਕ ਹੈ ਉਹਦੇ ਉੱਪਰ ਜੇ ਇਲਜ਼ਾਮ ਲਗਾਣੇ ਤੱਥਾਂ ਦੇ ਨਾਲ ਨਾਲ ਤਾਂ ਬਿਹਤਰ ਹੈ ਕਿਉਂਕਿ ਜੇ ਤੱਥਾਂ ਦੇ ਨਾਲ ਲਗਾਣਗੇ ਔਰ ਤੱਥਾਂ ਚ ਦਮ ਹੋਊਗਾ ਚੋਣ ਕਮਿਸ਼ਨ ਥਰੋਂ ਐਕਸ਼ਨ ਲੈਂਦਾ ਹੈ ਮੈਨੂੰ ਲੱਗਦਾ ਕਿ ਚੋਣ ਕਮਿਸ਼ਨ ਦਾ ਜਿਹੜਾ ਪਿਛਲੇ ਕਈ ਸਾਲਾਂ ਦਾ ਜਿਹੜਾ ਇਤਿਹਾਸ ਹੈ ਉੱਥੇ ਕਿਤੇ ਇਹੋ ਜਿਹੀ ਗੱਲ ਆਈ ਹੈ ਕਿ ਕਿਸੇ ਨੇ ਫੈਕਟਸ ਦੇ ਨਾਲ ਆਪਣੀ ਗੱਲ ਰੱਖੀ ਹੋਏ ਔਰ ਚੋਣ ਕਮਿਸ਼ਨ ਐਕਸ਼ਨ ਨਾ ਲਿਆ ਹੋਇਆ ਸੋ ਬਾਕੀ ਕੁਝ ਫੈਸ਼ਨ ਵੀ ਬਣ ਗਿਆ ਹੈ ਹੁਣ ਕੇਜਰੀਵਾਲ ਸਾਹਿਬ ਨੇ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਉਂਗਲੀ ਚਖਤੀ ਹੋਈ ਹੈ ਅੱਜਕੱਲ ਕਿ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਜੀ ਮੋਦੀ ਸਾਹਿਬ ਦੇ ਹੱਥ ਤੇ ਖੇਲਦਾ ਜਾਂ ਵਿਕਿਆ ਹੋਇਆ ਹੈ ਕਿਉਂਕਿ ਚੋਣ ਚ ਹਾਰਦਾ ਦਿਖਦਾ ਪਿਆ ਹੈ ਗੋਆ ਔਰ ਪੰਜਾਬ ਚ ਸਾਫ ਨੇ ਤੇ ਪਹਿਲੇ ਉਂਗਲੀ ਚਖਣੀ ਸ਼ੁਰੂ ਕਰ ਦੋ ਸੋ ਇਹ ਇਹੋ ਜਿਹੇ ਇੰਸਟੀਚੂਟਸ ਜਾਂ ਆਰਬੀਆਈ ਦੇ ਉੱਪਰ ਸਾਨੂੰ ਉਂਗਲ ਚੱਕਣ ਤੋਂ ਪਹਿਲਾਂ ਚਾਰ ਵਾਰ ਸੋਚਣਾ ਚਾਹੀਦਾ ਹੈ ਔਰ ਜੇ ਸਾਡੇ ਕੋਲ ਤੱਥ ਹੈ ਤੱਥ ਪੇਸ਼ ਕਰੋ ਕਿਉਂਕਿ ਬਲੈਕ ਸ਼ੀਪਸ ਹਰ ਜਗ੍ਹਾ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਐਕਸ਼ਨ ਲੈਂਦਾ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਵਰਕਿੰਗ ਕਿੰਨੀ ਅੱਛੀ ਹੈ ਕੋਈ ਇਕੱਲਾ ਕੀ ਚੀਫ ਇਲੈਕਸ਼ਨ ਕਮਿਸ਼ਨ ਲੈਂਦਾ ਪੂਰਾ ਉਹਨਾਂ ਦਾ ਪੈਨਲ ਬੈਠਦਾ ਹੈ ਔਰ ਪੈਨਲ ਬੈੱਕ ਇੱਕ ਇਹੋ ਜਿਹੜੀਆਂ ਇੰਪੋਰਟੈਂਟ ਕੰਪਲੇਨਟਸ ਆ ਇਹ ਇੰਪੋਰਟੈਂਟ ਇਸ਼ੂਸ ਉੱਪਰ ਡਿਸਾਈਡ ਕਰਦਾ ਹੈ ਸੋ 1 ਮੈਨ ਦਾ ਸਕੋਪ ਹੀ ਖਤ ਡੈਫੀਨੇਟਲੀ ਉਹ ਆਰਓ ਚੇਂਜ ਹੋ ਜਾਏਗਾ ਹੂੰ ਚਲੋ ਠੀਕ ਹੈ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜਾ 48 ਪੋਲਿੰਗ ਬੂਥ ਤੇ ਦੁਬਾਰਾ ਪੋਲਿੰਗ ਹੋਏਗੀ ਪੂਰੇ ਪੰਜਾਬ ਤੇ ਜਿਹੜੀ ਚੋਣ ਨਹੀਂ ਹੋਏਗੀ ਜਿਹੜਾ ਜੀ ਸਾਥ ਤੁਹਾਨੂੰ ਹੁਣ ਇਸ ਗੱਲ ਦੀ ਉੱਪਰ ਕੋਈ ਭਰੋਸਾ ਹੈ ਪੂਰੀ ਤਰ੍ਹਾਂ ਨਾਲ ਕਿ ਸਹੀ ਤਰੀਕੇ ਨਾਲ ਹੋ ਪਾਏਗੀ ਜਿਹੜੀ ਹੈ ਜਿਹੜਾ ਕੋਡ ਆਫ ਕੰਡਕਟ ਇਹਨਾਂ ਜਿਹੜਾ ਬੂਥ ਦੇ ਉੱਪਰ ਸਹੀ ਤਰ੍ਹਾਂ ਨਾਲ ਲੱਗਿਆ ਰਹਿ ਪਾਏਗਾ ਕਿਉਂਕਿ ਆਲੇ ਦੁਆਲੇ ਕੋਡ ਆਫ ਕੰਡਕਟ ਨਹੀਂ ਹੋਏਗਾ ਨੇ ਸੁਣ ਜੀਤ ਜੀ ਜੀਰਾ ਸਾਹਿਬ ਕੱਲ ਪਹਿਲਾਂ ਤਾਂ ਆਇਆ ਵੀ ਮੇਰਾ ਭਰਾ ਬੈਠਾ ਮੇਰਾ ਭਰਾ ਬੈਠਾ ਮੇਰੇ ਸੱਜੇ ਕੱਲ ਤੁਸੀਂ ਸੱਚੀ ਕਹੀਏ ਕੋਣ ਵਿਚਾਰੇ ਦੀ ਥਕਾਵਟ ਤਾਂ ਨਹੀਂ ਔ ਜਾਂਦੇ ਦਿਸ ਰਹੇ ਨੇ ਤੇ ਜਾਣਾ ਤੇ ਕੁਛ ਨਾ ਕੁਛ ਤਾਂ ਟੈਨਸ਼ਨ ਦਿਮਾਗ ਤੇ ਹੁੰਦੀ ਏ ਵੀ 10 ਸਾਲ ਬਾਅਦ ਹੁਣ 5 ਸਾਲ ਘਰੇ ਕੰਮ ਕਰਨਾ ਪਏਗਾ ਚਲੋ ਕੋਈ ਗੱਲ ਨਹੀਂ ਇਹ ਜਾਣਾ ਆਉਣਾ ਤਾਂ ਬਣਿਆ ਹੀ ਹੋਇਆ ਕਿਸੇ ਨੇ ਜਾਣਾ ਕਿਸੇ ਨੇ ਆਉਣਾ ਦੂਸਰੀ ਗੱਲ ਇਹ ਕਿ ਇਹਨਾਂ ਨੇ ਚੋਣ ਕਮਿਸ਼ਨ ਨੇ ਜਿਹੜੀ ਬੜੀ ਨਰਪੱਖ ਚੋਣ ਕਰਾਈ ਏ ਸ਼ੁਰੂ ਸ਼ੁਰੂਤ ਵਿੱਚ ਇਹਨਾਂ ਗੁੰਡਾਗਰਦੀ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਜਿਵੇਂ ਨਾਬਾ ਜੇਲ੍ਹ ਤੋਂ ਜਿਹੜੇ ਲੋਕ ਭਜਾਏ ਸੀ ਇਸੇ ਤਰ੍ਹਾਂ ਹੀ ਮੇਰੇ ਹਲਕੇ ਦੇ ਵਿੱਚ ਤਰਸ਼ੇਮ ਚੋਧਰੀ ਇਹ ਬੜਾ ਵੱਡਾ ਇੰਡਸਟਰੀਲਿਸਟ ਉਨਦੇ ਤੇ 11 ਤਰੀਕ ਨੂੰ ਇਹਨਾਂ ਫਾਇਰਿੰਗ ਕਰਾਈ ਜਦੋਂ ਕਿ ਉਹਨਦੀ ਕੋਈ ਪੰਜਾਬ ਦੇ ਵਿੱਚ ਦੁਸ਼ਮਣੀ ਨਹੀਂ ਔਰ ਅਜੇ ਤੱਕ ਉਹਨਾਂ ਬੰਦਿਆਂ ਨੂੰ ਰਾਉਂਡ ਅਪ ਨਹੀਂ ਕੀਤਾ ਗਿਆ ਜਿਹੜਾ ਦਾ ਬਾਈ ਨੇਮ ਨਾ ਸੀ ਔਰ ਕਈ ਥਾਵਾਂ ਤੇ ਇਹਨਾਂ ਨੇ ਇਸਾਂ ਦੇ ਪ੍ਰੈਸ਼ਰ ਵਧਤੇ ਪਰ ਚੋਣ ਕਮਿਸ਼ਨ ਨੇ ਉਹ ਪ੍ਰੈਸ਼ਰ ਜਿਹੜੇ ਨੇ ਉਹਨਾਂ ਨੂੰ ਖਤਮ ਖਤਮ ਕੀਤਾ ਜਾ ਕੇ ਪਰ ਥੋੜਾ ਜਿਹਾ ਪਹਿਲਾਂ ਟੇਨਰ ਰੱਖੀ ਉਹਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਖਾਸ ਕਰਕੇ ਮਜੀਠੇ ਦੀ ਇਲੈਕਸ਼ਨ ਹੈ ਮਜੀਠੇ ਦੀ ਇਲੈਕਸ਼ਨ ਦੇ ਵਿੱਚ ਕਾਰਨ ਕੀ ਸੀ ਕਿ ਮਜੀਠੇ ਦਾ ਪ੍ਰੈਸ਼ਰ ਅਫਸਰਾਂ ਤੇ ਨਾ ਸੀ ਕਿ ਉਹਨਾਂ ਉਹ ਜਿਹੜੇ ਆਪਣੇ ਬੂਥਾਂ ਦੇ ਉੱਤੇ ਜਿਹੜੇ ਆਪਦੇ ਬੰਦੇ ਲਵਾਏ ਹੋਏ ਸੀ ਆਪਦੇ ਬੰਦੇ ਲਵਾਉਣ ਕਰਕੇ ਉੱਥੇ ਉਹਨੇ ਹਿਰਾ ਫੇਰੀ ਦੀ ਵੀ ਕੋਸ਼ਿਸ਼ ਕੀਤੀ ਏ ਉਹਨਾਂ ਦੇ ਕਰਕੇ ਹੀ ਮੈਂ ਸਭ ਨਾਲ ਕਿ ਉਹ ਜਿਹੜੀ ਇਲੈਕਸ਼ਨ ਦੁਬਾਰਾ ਹੋਣ ਜਾ ਰਹੀ ਏ ਪਰ ਮੈਂ ਇੱਕ ਗੱਲ ਹੁਣ ਇਹ ਕਹਾਂਗਾ ਕਿ ਅੱਜ ਲੋਕ ਬੜੀ ਚੰਗੀ ਤਰ੍ਹਾਂ ਇਹ ਗੱਲ ਨੂੰ ਸਮਝ ਚੁੱਕੇ ਨੇ ਇੱਕ ਪਾਸੇ ਤਾਂ ਜਿਹੜੇ ਅਕਾਲੀ ਦਾਲੇ ਸਿੱਖ ਜਿਹੜਾ ਹੈ ਉਹਨੂੰ ਬੋਰਡ ਪਾਉਣ ਦਾ ਅੱਜ ਹੱਕ ਹੀ ਨਹੀਂ ਹੈਗਾ ਕਿ ਜਦੋਂ ਉਹਨਾਂ ਨੇ ਸੱਚਾ ਸੌਦਾ ਵਾਲਿਆਂ ਦੀ ਇਹ ਹਮਾਇਤ ਲੈ ਲਈ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਕਹਿ ਰਹੇ ਸਨ ਔਰ ਭਾਜਪੀ ਉਹਨਾਂ ਨੂੰ ਕਹੇ ਬੇ ਬੜੀ ਵਧੀਆ ਵਧੀਆ ਨੇ ਦੂਜੇ ਪਾਸੇ ਕਾਲੀ ਦਾਲਾ ਆਕਾਲ ਤਖਤ ਨੇ ਹੁਕਮਨਾਮਾ ਜਾਰੀ ਕੀਤਾ ਸੀ ਤੀਜੇ ਪਾਸੇ ਕੇਜਰੀ ਵਾਲੇ ਜਿਹੜਾ ਇਹ ਅੱਗੇ ਵੀ ਤਿੰਨ ਵਾਰ ਮੈਂ ਗੱਲ ਕਰ ਚੁੱਕਾ ਕਿ ਕੱਟਣ ਨਰੰਗ ਕਰੀਏ ਔਰ ਆਰਐਸਐਸ ਦੀ ਬੀ ਟੀਮ ਇਸ ਕਰਕੇ ਜਿਹੜੇ ਲੋਕਾਂ ਨੇ ਵੋਟ ਪਾਈ ਏ ਉਹ ਵੀ ਪਛੋਤਾਵਾ ਕਰਨਗੇ ਔਰ ਹੁਣ ਜਿਹੜੀ ਇਲੈਕਸ਼ਨ ਹੋਣੀ ਏ ਉਹ ਮੈਂ ਨਹੀਂ ਕਹਿੰਦਾ ਕਿ ਕੋਈ ਸਿੱਖ ਜਾਂ ਜਿਹੜਾ ਸਹੀ Hindu ਏ ਉਹ ਇਹਨਾਂ ਨੂੰ ਕਿਸੇ ਇਹਨਾਂ ਨੂੰ ਵੋਟ ਪਾਏਗਾ ਉਹਦਾ ਲਾਭ ਤਾਂ ਸਾਨੂੰ ਹੋਏਗਾ ਹੋਏਗਾ ਕਿ ਉਹਨਾਂ ਬੂਥਾਂ ਤੇ ਵੀ ਦੇਖ ਲਿਆ ਜੇ ਕਿ ਲੋਕ ਇਹ ਇਹਦੇ ਵਿੱਚ ਕੋਈ ਨਹੀਂ ਕਿ ਉੱਥੇ ਹੇਰਾਫੇਰੀ ਹੋਵੇਗੀ ਕਿਉਂਕਿ ਹੇਰਾਫੇਰੀ ਪਹਿਲਾਂ ਵੀ ਕਿਤੇ ਨਹੀਂ ਹੋਣ ਦਿੱਤੀ ਚੋਣ ਕਮਿਸ਼ਨ ਨੇ ਹੁਣ ਬੜੀ ਸ਼ਕਤੀ ਹੋਵੇਗੀ ਬਹੁਤ ਸ਼ਕਤੀ ਹੋਵੇਗੀ ਇਸ ਕਰਕੇ ਪਰ ਲੋਕਾਂ ਦੇ ਮਨ ਬਣ ਚੁੱਕੇ ਨੇ ਜਿਨ੍ਹਾਂ ਅੱਗੇ ਅਜੇ ਤੱਕ ਆਮ ਪਾਰਟੀ ਨੂੰ ਬੋੜ ਪਾਈ ਏ ਉਹ ਵੀ ਪਛੋਤਾਵਾ ਕਰ ਰਹੇ ਨੇ ਯਾਰ ਕਿਹੜੀ ਗੱਲ ਤੋਂ ਇਹਨਾਂ ਨੂੰ ਬੋੜ ਪਾ ਦਿੱਤੀ ਕੀ ਕਰਨਗੇ ਪਰ ਇਹਨਾਂ ਪੋਲਿੰਗ ਬੂਥਾਂ ਤੇ ਹੁਣ ਜਿਹੜੀ 100% ਬੋੜ ਮੈਂ ਕਹਦੇ ਆ 98 99% ਬੋੜੇ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਬੋੜ ਲੱਗਦਾ ਕਿ 4 ਤਰੀਕ ਤੋਂ ਲੈ ਬਾਅਦ 9 ਤਰੀਕ ਲਾਲ ਚਤ 4 ਤੋਂ 9 ਤਰੀਕ ਦੇ ਵਿਚਾਲੇ ਹਾਲਾਤ ਇਸ ਤਰ੍ਹਾਂ ਤੋਂ ਬਦਲ ਬਦਲ ਜਾਣਗੇ 4 ਤਰੀਕ ਨੂੰ ਕੁਝ ਹਾਲਾਤ ਹੋਰ ਸੀ ਤੇ ਹੁਣ 9 ਨੂੰ ਕੁਝ ਹੋਰ ਹੋਣਗੇ ਨਹੀਂ ਨਹੀਂ 4 ਤਰੀਕ ਨੂੰ ਅਜੇ ਇਹ ਜੀ ਕਿ ਜਿਹੜੀ ਅਕਾਲੀ ਦਲ ਦੀ ਤੇ ਭਾਜਪਾ ਦੀ ਬੋਰਡ ਸੀ ਜਿਹੜੀ ਉਹ ਟੁੱਟ ਕੇ ਆਮ ਪਾਰਟੀ ਵਾਲ ਗਈ ਹੈ ਹੁਣ ਇਹ ਗੱਲ ਕਲੀਅਰ ਹੋ ਗਈ ਹੈ ਕਿ ਭਾਜਪਾ ਨੂੰ ਅੱਜ ਇੱਥੇ ਕਹਿ ਦਿਆਂਗਾ ਕਿ ਇੱਕ ਸੀਟ ਆਵੇਗੀ ਪੰਜਾਬ 'ਚ ਅਕਾਲੀ ਦਲ ਨੂੰ 7 ਸੀਟਾਂ ਆਉਣਗੀਆਂ ਜੋ ਅੱਜ ਤੱਕ ਸਾਰਾ ਕੁਝ ਇਹ ਤੁਸੀਂ ਵੀ ਸਰਵੇ ਆ ਜਿੱਥੇ ਕਾਂਗਰਸ ਹੈ ਕਾਂਗਰਸ ਨੂੰ 570 ਸੀਟਾਂ ਮਿਲ ਰਹੀ ਹੈ ਅੱਜ ਅਗਲੇ ਜਿਹੜੇ ਨੇ ਉਹ ਜਿਹੜੇ ਵਿਰੋਧ ਰੋਧਾ ਇੱਕ ਨੰਗਕਾਰੀ ਇੱਕ ਪਾਸੇ ਇੱਕ ਪਾਸੇ ਕਾਲ ਤੱਕ ਦੇ ਦੋਸ਼ੀ ਨੇ ਉਹਨਾਂ ਨੂੰ ਕਿਉਂ ਵੋਟਾਂ ਪਾਉਣਗੇ ਠੀਕ ਹੈ ਉਸ ਵਕਤ ਹਾਲਾਤ ਸੀ ਜਕਦਮ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਾ ਜਿੰਨੀਆਂ ਕਿ ਜਿਹੜੀਆਂ 5-7 ਸੀਟਾਂ ਨੂੰ ਆ ਰਹੀਆਂ ਨੇ ਇਹ ਵੀ ਨਹੀਂ ਸੀ ਆ ਰਹੀਆਂ ਆਉਣੀਆਂ ਜੇ ਡੇਰਾ ਸੱਚਾ ਸੌਦਾ ਦੀ ਇਹਨਾਂ ਨੂੰ ਹਮਾਇਤ ਨਾ ਹੁੰਦੀ ਤੇ ਜਿਹੜੀਆਂ 2-4 ਸੀਟਾਂ ਲੈ ਰਹੇ ਨੇ ਇਹ ਵੀ ਇਹਨਾਂ ਨੂੰ ਨਹੀਂ ਸੀ ਆਉਣੀਆਂ ਪਰ ਸਿੱਖ ਵਿਰੋਧੀ ਹੋਣ ਕਰਕੇ ਇਹ ਉਹਨਾਂ ਦਾ ਬੜਾ ਵੱਡਾ ਨਕਸ਼ਾ ਹੈ ਉਹਨਾਂ ਨੇ ਮੈਂ ਸਮਝਾ ਕਿ ਅਕਾਲੀ ਦਲ ਖਤਮ ਹੋ ਜਾਏਗਾ ਠੀਕ ਹੈ ਭਾਜੀ ਪੰਜੇ ਸਾਲ ਪਾਰਟੀ ਹੈ ਇੱਕ ਮੈਂ ਇਸ ਸੀ ਨੂੰ ਸਪੋਰਟ ਨਹੀਂ ਕਰੂੰਗਾ ਕਿ ਧਰਮ ਦੇ ਨਾਂ ਤੇ ਕੋਈ ਵੋਟ ਮੰਗੀ ਜਾਏ ਚੋਣ ਕਮਿਸ਼ਨ ਨੇ ਵੀ ਕਿਹਾ ਸੀ ਕਿ ਧਰਮ ਦੇ ਨਾਮ ਦੇ ਉੱਪਰ ਵੋਟ ਮੰਗਣਾ ਗੈਰ ਸੰਵਿਧਾਨਕ ਹੈ ਧਰਮ ਦੇ ਨਾਮ ਤੇ ਤੁਸੀਂ ਲੋਕਾਂ ਨੂੰ ਵੋਟ ਅਪੀਲ ਕਰ ਰਹੇ ਹੋ ਪਰ ਇਹਨਾਂ ਨੇ ਤਾਂ ਜਾ ਕੇ ਗੋਡੇ ਟੇਕੇ ਨੇ ਉੱਥੇ ਚਲੋ ਜੋ ਵੀ ਹੈ ਇੱਥੇ ਇੱਥੇ ਅਸੀਂ ਘਟੋ ਘਾੜੇ ਇਹ ਇਹਨਾਂ ਨੇ ਗੋਡੇ ਟੇਕੇ ਨੇ ਜਾ ਕੇ ਕੌਣ ਸਿੱਖ ਵਿਰੋਧੀ ਹੈ ਕੌਣ ਸੀ ਦਾ ਜੀਰਾ ਸਾਹਿਬ ਗੋਡੇ ਦੇ ਨਾਂ ਤੇ ਵੋਟ ਨਹੀਂ ਮੰਗ ਰਿਆ ਦੇਖੋ ਡੇਰੇ ਚ ਡੇਰੇ ਚ ਜਾ ਕੇ ਕਿੰਨੇ ਗੋਡੇ ਟਕੇ ਨੇ ਕਿਨਾ ਮੱਥਾ ਟੇਕਿਆ ਉਹ ਅਖਬਾਰਾਂ ਚ ਫੋਟੋਆਂ ਛਪ ਚੁਕੀਆਂ ਨੇ ਨਹੀਂ ਛਪ ਕੀ ਚੁਕੀਆਂ ਨੇ ਭਾਜਪਾ ਭਾਜਪਾ ਦੀ ਸਰਕਾਰ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹ ਦੁੱਖ ਦੀ ਮਤਲਬ ਕਾਂਗਰਸ ਦੇ ਕਿਹੜਾ ਕਿਹੜਾ ਲੀਡਰ ਮੱਥਾ ਟੇਕ ਕੇ ਆਇਆ ਉਹ ਫੋਟੋਆਂ ਛਪੀਆਂ ਨੇ ਉਹ ਫੋਟੋਆਂ ਛਪੀਆਂ ਠੀਕ ਹੈ ਇਹ ਇਹ ਮੁੱਦਾ ਨਹੀਂ ਹੈ ਪਰ ਇਹ ਇੱਕ ਚਪੀ ਵੀ ਕਹਿ ਮੁੱਦਾ ਰਹੇਗਾ ਕਿ ਜਦੋਂ 4 ਤਰੀਕ ਤੋਂ ਬਾਅਦ ਹਾਲਾਤ ਬਦਲੇ ਐ ਇਸ ਚੀਜ਼ ਨੂੰ ਵੀ ਲੈ ਕੇ ਹਾਲਾਤ ਬਦਲੇ ਐ ਸੁਖਬੀਰ ਜੀ ਇਹ ਇਹ ਜਿਹੜੇ ਇਸ ਚੀਜ਼ ਨੂੰ ਇੱਕ ਪੁਆਇੰਟ ਆਊਟ ਕੀਤਾ ਜਾ ਰਿਹਾ ਕਿ 4 ਤਰੀਕ ਤੋਂ ਪਹਿਲਾਂ ਇਹ ਚੀਜ਼ ਨਹੀਂ ਸੀ ਕਿ ਐਸਜੀਪੀਸੀ ਨੇ ਵੀ ਕਿਹਾ ਕਿ ਜਿਹੜੇ ਲੋਕ ਡੇਰੇ ਦੀ ਹਮਾਇਤ ਜਿਨ੍ਹਾਂ ਨੇ ਮੰਗੀ ਸੀਗੀ ਉਹ ਉਸ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਾਂ ਗਲਤ ਸੀ ਉਹ 4 ਤਰੀਕ ਤੋਂ ਬਾਅਦ ਕਿਹਾ ਗਿਆ ਪਰ ਹੁਣ 9 ਤਰੀਕ ਨੂੰ ਜਿੱਥੇ ਉਹ ਪੋਲਿੰਗ ਬੂਥਾਂ ਦੇ ਉੱਪਰ ਜਿਹੜੀ ਵੋਟ ਹੋਣ ਜਾ ਰਹੀ ਹੈ ਹੁਣ ਹਾਲਾਤ ਕੁਝ ਹੋਰ ਇਹ ਇਸ ਚੀਜ਼ ਦਾ ਧਿਆਨ ਵੀ ਲੋਕ ਰੱਖਣਗੇ ਜਿਹੜੀ ਇਹ ਗੱਲ ਸਾਹਮਣੇ ਆਈ ਹੈ 4 ਤਰੀਕ ਤੋਂ ਬਾਅਦ ਆਈ ਹੈ ਦੇਖੋ ਗੱਲ ਇਹ ਹੈ ਕਿ ਵੀ ਸਾਰੇ ਪੋਲਿਟিক্যাল ਪਾਰਟੀਆਂ ਨੇ ਡੇਰੇ ਨੂੰ ਸਹਾਰਾ ਲਿਆ ਡਾਇਰੈਕਟ ਵੇ ਲਿਆ ਇਨਡਾਇਰੈਕਟ ਵੇ ਲਿਆ ਕਿਸ ਨੇ ਪਹਿਲਾਂ ਮੱਥਾ ਟੇਕ ਕੇ ਲਿਆ ਕਿ ਨੇ ਬਾਅਦ ਚੋਂ ਲਿਆ ਲੇਕਿਨ ਠੀਕ ਹੈ ਚਾਹੇ ਸੁਪਰੀਮ ਕੋਰਟ ਚਾਹੇ ਇਲੈਕਸ਼ਨ ਕਮਿਸ਼ਨ ਕਹਿ ਚੁੱਕੀ ਸੀ ਜੇਕਰ ਡੇਰੇ ਸੱਚਾ ਸੌਦਾ ਕਾਲੀਆਂ ਸਪੋਰਟ ਕੀਤੀ ਆ ਕਿ ਉਹ ਮੱਥਾ ਟਿਕਣ ਗਿਆ ਭਾਜਪਾ ਵਾਲੇ ਵੀ ਬੰਲਾਂ ਦੇ ਉੱਥੇ ਮੱਥਾ ਟੇਕ ਕੇ ਆਏ ਅਲੱਗ-ਅਲੱਗ ਗਿਆ ਕੇ ਕਿਉਂਕਿ ਸਾਰੇ ਡੇਰੇ ਜਿਹੜੇ ਨੇ ਉਹ ਆਪਾ ਆਪਣਾ ਪ੍ਰਚਾਰ ਕਰਦੇ ਨੇ ਜੋ ਹੁੰਦਾ ਹੈ ਨਿਰਪੱਖ ਤੌਰ ਤੇ ਕੰਮ ਕਰਦੇ ਨੇ ਹਰ ਇੱਕ ਉਮੀਦਵਾਰ ਦਾ ਕਿਤੇ ਮੱਥਾ ਟੇਕਣਾ ਕਿਤੇ ਆਸਤਾ ਜੁੜੀ ਉਹ ਉਹਦਾ ਰਾਈਟ ਬੰਦਾ ਉਹ ਜਾ ਸਕਦਾ ਹੈ ਲੇਕਿਨ ਇੱਕ ਗੱਲ ਹੈ ਕਿ ਜਿਹੜਾ ਥੋੜਾ ਜਾ ਜੋ ਮਹਿਸੂਸ ਕੀਤਾ ਗਿਆ ਕਿ ਐ ਲਾਸ ਮੂਮੈਂਟ ਤੇ ਆ ਕੇ ਜਿਵੇਂ ਇੱਕ ਡੇਰਾ ਸੱਚਾ ਸੋਦਾ ਜਾਂ ਕੋਈ ਉਹ ਵੀ ਚਲੋ ਨਾ ਕੀ ਲੈਣਾ ਪਕੇ ਲੇ ਲੇਕਿਨ ਕੋਈ ਵੀ ਡੇਰਾ ਆਪਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਜਿਹੜਾ ਥੋੜਾ ਜਿਹਾ ਮੇਰੇ ਕਲ ਨਿਰਪੱਖ ਦੇਖਦੇ ਹੋਏ ਇਹਨਾਂ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ ਕਿ ਵੀ ਲੋਕਾਂ ਦੀ ਜਿਹੜੀ ਹੈ ਜੋ ਫਾਈਨਲ ਹੈ ਉਸ ਤੇ ਦੇਖਣਾ ਚਾਹੀਦਾ ਹੈ ਕਿ ਨਾ ਕਿ ਤੁਸੀਂ ਡੇਰੇ ਬਾਤ ਤੇ ਤੁਸੀਂ ਉੱਤੇ ਭਲਿੱਖ ਜਰੋ ਆ ਕੇ ਤੁਸੀਂ ਆਪਣਾ ਕੰਮ ਕਰੋ ਜੋ ਚੰਗੇ ਤੁਹਾਨੂੰ ਚੋਣੇ ਜਾਣਗੇ ਨਹੀਂ ਤਾਂ ਉਹਨਾਂ ਲੋਕੀ ਰਿਜੈਕਟ ਕਰ ਦੇਣਗੇ ਹਮ ਭਰਦਵਾਜ ਜੀ ਤੁਹਾਨੂੰ ਵੀ ਲੱਗਦਾ ਕਿ ਇਹ ਜਿਹੜੇ ਹਾਲਾਤ ਇਹ ਬਦਲੇ ਹੈਗੇ ਕੁਝ ਇਹਨਾਂ ਦੇ ਨਾਲ ਜਿਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਕਿ 4 ਤਰੀਕ ਤੋਂ 9 ਤਰੀਕ ਦੇ ਵਿੱਚ ਕੁਝ ਫਲਾਇਟ ਬਦਲੇ ਉਸ ਦੇ ਨਾਲ ਲੋਕਾਂ ਦੀ ਮੈਂਟੈਲਿਟੀ ਤੇ ਫਰਕ ਪਿਆ ਹੋਏਗਾ ਜਿਹੜੀਆਂ 48 ਪੋਲਿੰਗ ਬੂਥ ਤੇ ਰੀ ਪੋਲਿੰਗ ਹੋਣੀ ਹੈ ਬਲਵਿੰਦਰ ਜੀ ਮੈਂ ਇਹ ਸਮਝਦਾ ਕਿ ਪੰਜਾਬ ਦਾ ਵੋਟਰ ਸੂਝਵਾਨ ਹੈ ਔਰ ਜਦੋਂ ਉਹਨਾਂ ਨੇ 4 ਤਾਰੀਖ ਨੂੰ ਵੋਟ ਪਾਈ ਸੀ ਉਹ ਸੋਚ ਸਮਝ ਕੇ ਪਾਰਟੀ ਦੇ ਹਰ ਇੱਕ ਹਾਲਾਤ ਨੂੰ ਦੇਖ ਕੇ ਉਹਨਾਂ ਨੇ ਵੋਟ ਪਾਈ ਹੋਣੀ ਹੈ ਇੱਕ ਪਹਿਲੂ ਤਾਂ ਇਹ ਹੈ ਦੂਜਾ ਪਹਿਲੂ ਇਹ ਹੈ ਕਿ 4 ਤਾਰੀਖ ਦੇ ਬਾਅਦ ਅਖਬਾਰਾਂ ਦੇ ਵਿੱਚ ਬੜੀ opinion ਆਈ ਲੋਕਾਂ ਦੇ ਵਿਚਾਰ ਆਏ ਕੈਲਕੂਲੇਸ਼ਨਸ ਹੋਣੀ ਸ਼ੁਰੂ ਹੋਈ ਸੋਸ਼ਲ ਮੀਡੀਆ ਦੇ ਵਿੱਚ ਵੀ ਪ੍ਰਚਾਰ ਹੋਇਆ ਕੀ ਫਲਾਣੀ ਪਾਰਟੀ ਨੇ ਇੰਨੀ ਲੈ ਜਾਣੀ ਹੈ ਫਲਾਣੀ ਨੇ ਇੰਨੀ ਲੈ ਜਾਣੀ ਹੈ ਇਦਾਂ ਦੀ ਗੱਲਾਂ ਹੋਈ ਮੈਂ ਮਹਿਸੂਸ ਕਰਦਾ ਕਿ ਹਰੇਕ ਆਦਮੀ ਜਿੱਤਣ ਵਾਲੀ ਸਾਈਡ ਵਿੱਚ ਰਹਿਣਾ ਪਸੰਦ ਕਰਦਾ ਹੈ ਬਿਲਕੁਲ ਔਰ ਜੇ ਕਿਸੇ ਦਾ ਮਾਈਂਡ ਇਹ ਬਣ ਗਿਆ ਕਿ ਇਹ ਪਾਰਟੀ ਨੇ ਜਿੱਤ ਜਾਣਾ ਹੈ ਭਾਵੇਂ ਉਹ ਅਖਬਾਰ ਦੀ ਖਬਰਾਂ ਕਰਕੇ ਹੋਵੇ ਭਾਵੇਂ ਉਹ ਸੋਸ਼ਲ ਮੀਡੀਆ ਦੇ ਪ੍ਰਚਾਰ ਲਈ ਹੋਵੇ ਭਾਵੇਂ ਉਹ ਇਸ ਤਰ੍ਹਾਂ ਦੀ ਜਿਹੜੀ ਕੋਈ ਹੋਰ ਰਿਸਟਡੀ ਹੁੰਦੀ ਹੈ ਐਕਸਪਰਟ ਦੀ ਉਸ ਕਰਕੇ ਹੋਵੇ ਟੀਵੀ ਚੈਨਲਸ ਦੇ ਥਰੂ ਹੋਵੇ ਤੇ ਉਹ ਆਪਣਾ ਮਾਈਂਡ ਚੇਂਜ ਕਰ ਸਕਦਾ ਹੈ ਠੀਕ ਹੈ ਔਰ ਲੱਗਦਾ ਕਿ ਉਹ ਜਿਹੜੀ ਚਾਰ ਨੂੰ ਪਾਈ ਸੀ ਉਸ ਤੋਂ ਬਦਲ ਕੇ ਦੂਜੀ ਸਾਈਡ 'ਚ ਉਹ ਵੋਟ ਪਾ ਸਕਦਾ ਹੈ ਇਸ ਨੂੰ ਤੁਸੀਂ ਟੋਟਲੀ ਰੂਲ ਆਊਟ ਨਹੀਂ ਕਰ ਸਕਦੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ इंटेंसिव कैंपेनिंग होनी है दो दिन कैंडिडेट और बाकी ਲੋਕਾਂ ਨੇ ਕਨਸੈਂਟਰੇਟ ਕਰਨਾ ਹੈ ਇੱਕ ਲਿਮਿਟਿਡ ਏਰੀਆ ਦੇ ਵਿੱਚ ਔਰ ਉਸ ਦੇ ਵਿੱਚ ਬਹੁਤ ਸਾਰੇ ਹਤਕੰਡੇ ਵੀ ਅਪਣਾਏ ਜਾਣ ਦਾ ਵੀ ਡਰ ਹੈ ਭਾਵੇਂ ਇਲੈਕਸ਼ਨ ਕਮਿਸ਼ਨ ਕਿੰਨਾ ਵੀ ਸਖਤ ਹੋਵੇ ਪਰ ਉਸ ਦੇ ਨਾਲ ਜਿਹੜਾ ਪ੍ਰੈਸ਼ਰ ਪੈਂਦਾ ਹੈ ਵੋਟਰ ਦੇ ਉੱਤੇ ਔਰ ਪ੍ਰੈਸ਼ਰ ਜਿਹੜਾ ਹੈ ਉਹ ਵੀ ਆਪਣਾ ਕੋਈ ਰੋਲ ਇਸ ਦੇ ਵਿੱਚ ਪਲੇ ਕਰ ਸਕਦਾ ਹੈ ਠੀਕ ਹੈ ਇੱਕ ਮੈਂ ਜਿਹੜਾ ਹੰਕਾਰ ਮੈਂ ਲੋਕਾਂ ਕੋਲ ਲੈ ਕੇ ਜਾਣਾ ਚਾਹੁੰਦਾ ਕਿ ਭਰ ਦੋ ਜੀ ਸਾਡਾ ਜਿਹੜਾ ਵੱਡਾ ਅਹਿਮ ਸਵਾਲ ਹੋਏ ਕਿ ਕੀ ਪੰਜਾਬ ਚ ਇਸ ਵਾਰ ਸਪਸ਼ਟ ਅਤੇ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਤੁਸੀਂ ਕੀ ਸੋਚਦੇ ਹੋ ਕਿਸੇ ਦੀ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਕੀ ਉਹ ਸਪਸ਼ਟ ਤੇ ਪੂਰਨ ਬਹੁਮਤ ਵਾਲੀ ਹੋਏਗੀ ਹਾਂ ਜਾਂ ਨਾ ਅਜ ਆਪਣੀ ਰਾਏ ਤੁਸੀਂ ਸਾਨੂੰ ਦੇ ਸਕਦੇ ਹੋ ZPCH ਸਪੇਸ ਦੇ ਕੇ ਵਾਈ ਜਾਂ ਫਿਰ ZPCH ਸਪੇਸ ਦੇ ਕੇ ਐਨ ਤੇ 57 57 57 ਤੇ SMS ਕਰਨਾ ਹੁਣ ਤੁਸੀਂ ਸਾਨੂੰ ਕਾਲ ਵੀ ਕਰ ਸਕੋਗੇ ਕਿ ਬ੍ਰੇਕ ਲੈਣੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੁਹਾਡੇ ਕਾਲਸ ਲਵਾਂਗੇ ਸਾਡਾ ਟੋਲ ਫ੍ਰੀ ਨੰਬਰ 1800001803535